ਕਿਨ ਕਾ ਏਕ ਜਿਸ ਜੀਵ ਸਾਵੈ ਤਾਂ ਕੀ ਮਹਿਮਾ ਗਣੀ ਨਾ ਆਵੇ ਉਹ ਕਿਣਕੇ ਦੇਕੇ ਕਿੰਨੇ ਹੀ ਸਾਧੂ ਮਹਾਪੁਰਖ ਉਥੋਂ ਸਾਥ ਸੰਗਤ ਦੀ ਉਹ ਸੰਪਰਦਾਮਾ ਦੇ ਵਿੱਚੋਂ ਉਹ ਸਥਾਨਾਂ 'ਚੋਂ ਅੱਜ ਵੀ ਉਹ ਸਾਧੂ ਮਹਾਪੁਰਖਾਂ ਦੀਆਂ ਲੜੀਆਂ ਨਾਮ ਦੀਆਂ ਚੱਲ ਰਹੀਆਂ ਹਨ ਜੀ ਉਸੇ ਲੜੀ ਦੇ ਵਿੱਚੋਂ ਬਹੁਤ ਹੀ ਉੱਚੇ ਸੁੱਚੇ ਜੀਵਨ ਵਾਲੇ ਮਹਾਪੁਰਖ ਸੰਤ ਬਾਬਾ ਮੀਹਾ ਸਿੰਘ ਜੀ ਸਿਆੜ ਵਾਲੇ ਕਿੱਡਾ ਵੱਡਾ ਸਾਧ ਸੰਗ ਜੀ ਉਹਨਾਂ ਦਾ ਮਹਾਪੁਰਖਾਂ ਸਾਧੂਆਂ ਦੇ ਵਿੱਚ ਸਥਾਨ ਹੈ ਜਿਵੇਂ ਸੰਤ ਬਾਬਾ ਈਸਰ ਸਿੰਘ ਜੀ ਰਾੜਾ ਸਾਹਿਬ ਵਾਲੇ ਮਹਾਪੁਰਖ ਜੋਨਾਂ ਨੂੰ ਆਪਾਂ ਚੇਤੇ ਕਰਦੇ ਆਂ ਤੇ ਸੰਤ ਬਾਵਾ ਮੀਹਾਂ ਸਿੰਘ ਜੀ ਮਹਾਂਪੁਰਖਾਂ ਨੂੰ ਬਹੁਤ ਸਾਰੇ ਇੱਥੇ ਗੁਰਮਖ ਪਿਆਰੀਆਂ ਰੂਹਾਂ ਬੈਠੀਆਂ ਹੋਣਗੀਆਂ ਜਿਨਾਂ ਨੇ ਉਹਨਾਂ ਦੇ ਦਰਸ਼ਨ ਕੀਤੇ ਨੇ ਤੇ ਉਹਨਾਂ ਦੀ ਸੰਗਤ ਵੀ ਕੀਤੀ ਐ ਬਚਨ ਵੀ ਸੁਣੇ ਹਨ ਸਾਧ ਸੰਗਤ ਜੀ ਉਹ ਭਾਗਾ ਵਾਲੇ ਹਨ ਕਿਉਂਕਿ ਸਮਾਂ ਜਿਹੜਾ ਹੁਣ ਅੱਗੇ ਐਦਾਂ ਦਾ ਚੱਲ ਰਿਹਾ ਹੈ ਐਦਾਂ ਦਾ ਸਮਾਂ ਚੱਲ ਰਿਹਾ ਹੁਣ ਅੱਗੇ ਆਉਣ ਵਾਲੇ ਸਮੇਂ 'ਚ ਨਾ 20 30 ਸਾਲ ਹੋਰ ਖੜ ਜੋ ਲੋਕਾਂ ਨੇ ਸੰਸਾਰ ਨੇ ਦੁਨੀਆ ਨੇ ਲੱਭਿਆ ਕਰਨਾ ਵੀ ਕੋਈ ਹੈ ਜਿਹੜਾ ਕੋਈ ਮਹਾਪੁਰਖ ਦੀ ਗੱਲ ਸੁਣਾਵੇ ਲੱਭਿਆ ਕਰਨਗੇ ਲੋਕ ਵੀ ਲੱਭੋ ਕੋਈ ਜਿਨੇ ਕਿਸੇ ਬ੍ਰਹਮ ਗਿਆਨੀ ਦੇ ਤਤਵੇ ਤੇ ਦਰਸ਼ਨ ਕੀਤੇ ਹਨ ਕਾਲ ਤਾਂ ਹੁਣੇ ਪਿਆ ਪਿਆ ਹੈ ਅੱਜ ਵੀ ਆਪਾਂ ਲੱਭਦੇ ਫਿਰਦੇ ਹਾਂ ਉਹ ਜਿਹੜੀਆਂ ਰੂਹਾਂ ਉਹ ਜਿਹੇ ਮਹਾਪੁਰਖ ਹੁਣ ਧੰਨ ਬਾਬਾ ਆਨੰਦ ਸਿੰਘ ਜੀ ਵਰਗੇ ਮਹਾਪੁਰਖ ਜਿਹੜੇ ਆਪ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਦੇ ਵਿੱਚ ਉਹ ਭੇਦ ਹੋ ਗਏ ਇੱਕਮਿਕ ਹੋ ਗਏ ਜਿਨ੍ਹਾਂ ਵਿੱਚ ਕੋਈ ਗੁਰੂ ਨਾਨਕ ਸਾਹਿਬ ਦੇ ਵਿੱਚ ਕੋਈ ਸਾਧ ਸੰਗਤ ਜੀ ਭੇਦ ਭੇਦ ਨਹੀਂ ਰਿਹਾ ਹੁਣ ਇਹ ਸ਼ੰਕਾਵਾਦੀ ਲੋਕਾਂ ਨੇ ਹੋਰ ਨੇ ਇਸ ਗੱਲ ਤੇ ਵੀ ਸ਼ੰਕਾ ਕਰਨੀ ਪਰ ਸੱਚੀ ਮੱਚੀ ਜਿਹੜੇ ਸਿਮਰਨ ਜਿਨ੍ਹਾਂ ਦੇ ਰੋਮ-ਰੋਮ ਚੋਂ ਨਿਰੰਤਰ ਚੱਲ ਰਿਹਾ ਹੋਵੇ ਉਹ ਤਾਂ ਉਹ ਗੁਰੂ ਸਾਹਿਬ ਜੀ ਦੇ ਨਾਲ ਜਲ ਕਾ ਜਲ ਹੋ ਆਰਾਮ ਜਿਹੜਾ ਸ਼ਬਦ ਆਪਾਂ ਨੌਵੇਂ ਬਾਦਸ਼ਾਹ ਦਾ ਪੜ੍ਹਦੇ ਆ ਨਾ ਸੂਰਜ ਕਿਰਨ ਮਿਲੇ ਐਦਾਂ ਹੋ ਜਾਂਦੇ ਉਹ ਜਿਉਂਦੇ ਜੀ ਇਹ ਸੰਸਾਰ ਦੇ ਵੀ ਸਰੀਰ ਦੇ ਹੁੰਦਿਆ ਇਹ ਨਹੀਂ ਵੀ ਸਰੀਰ ਛੱਡਣ ਤੋਂ ਬਾਅਦ ਇਹ ਸ਼ਬਦ ਪੜਿਆ ਜਾਏ ਨਹੀਂ ਇਹ ਹੁੰਦਿਆ ਵੀ ਸ਼ਬਦ ਪੜਿਆ ਜਾਂਦਾ ਸਾਧੂਆਂ ਦੇ ਸੂਰਜ ਕਿਰਨ ਮਿਲੇ ਜਲ ਕਾ ਜਲ ਹੋਆ ਰਾਮ ਜੋਤੀ ਜੋਤ ਰਲੀ ਜਿਵੇਂ ਇੱਕ ਦੀਵਾ ਜਗਦਾ ਹੋਇਆ ਦੂਸਰੇ ਦੀਵੇ ਨੂੰ ਜਗਾ ਲੈਂਦਾ ਨਾ ਇਹ ਦੂਸਰੇ ਦੀਵੇ ਨੂੰ ਜਗਾਉਣ ਵਾਸਤੇ ਪਹਿਲੇ ਦੀਵੇ ਨੂੰ ਬੁਝਣਾ ਥੋੜਾ ਪੈਂਦਾ ਹੈ ਜਾਂ ਬੁਝਾਉਣਾ ਥੋੜੀ ਪੈਂਦਾ ਉਹ ਨਹੀਂ ਇੱਕੋ ਦੀਵਾ ਹਜ਼ਾਰਾਂ ਦੀਵੇ ਜਗਾ ਸਕਦਾ ਐਦਾਂ ਹੀ ਜੇ ਇੱਕ ਕੋਈ ਬੰਦਗੀ ਵਾਲਾ ਮਹਾਪੁਰਖ ਹੁੰਦਾ ਨਾ ਕਮਾਈ ਵਾਲਾ ਉਹ ਹਜ਼ਾਰਾਂ ਹੀ ਪੈਦਾ ਕਰ ਸਕਦਾ ਹੈ ਲੱਖਾਂ ਹੀ ਪੈਦਾ ਕਰ ਸਕਦਾ ਬਾਣੀ ਨੇ ਕਰੋੜਾਂ ਦੀ ਗੱਲ ਉਦਾਹਰਣ ਦੀ ਕੀਤੀ ਹੈ ਵੀ ਜੇ ਬੰਦਗੀ ਵਾਲਾ ਕੋਈ ਹੋਵੇ ਕਰੋੜਾਂ ਦਾ ਦਾ ਉਧਾਰੇ ਕਰ ਜਾਂਦਾ ਇਕੱਲਾ ਹੀ ਗੁਰਮਖ ਕੋਟ ਉਧਾਰ ਦਾ ਭਾਈ ਦੇ ਨਾਮ ਹੈ ਇੱਕ ਕਣੀ ਕਹਿੰਦੇ ਇੱਕ ਕਣੀ ਨਾਮ ਦੀ ਜੇ ਉਹ ਕਿਤੇ ਵਰਦਾ ਦੇਵੇ ਕਰੋੜਾਂ ਨੂੰ ਉਧਾਰ ਦਿੰਦਾ ਕਰੋੜਾਂ ਗਿਣਤੀ ਦੇਖੋ ਕਰਕੇ ਹੁਣ ਤੇ ਉਹ ਕਰੋੜਾਂ ਨੂੰ ਜੇ ਤਾਰ ਦਿੰਦਾ ਨਾ ਉਧਾਰ ਕਰ ਦਿੰਦਾ ਫਿਰ ਉਹਦੇ ਸਮਰੱਥਾ ਵੀ ਹੁੰਦੀ ਹਜ਼ਾਰਾਂ ਨੂੰ ਉਹ ਬੰਦਗੀ ਵਾਲੇ ਬਣਾ ਵੀ ਦਿੰਦਾ ਹੈ ਤਾਰਨਾ ਅਤੇ ਬਣਾਉਣਾ ਐਡੀ ਸਮਰੱਥਾ ਹੁੰਦੀ ਉਹਨਾਂ 'ਚ ਤਾਂ ਹੀ ਤਾਂ ਬਾਣੀ 'ਚ ਆ ਜਦੋਂ ਧਾਰਨਾ ਪੜੀ ਇੱਥੇ ਬੈਠਿਆ ਮੇਰੇ ਮਨ 'ਚ ਫੁਰਨ ਆਇਆ ਇਹ ਪੱਕਾ ਫੇਰੀ ਪਾਣੀ ਢੋਵਾਂ ਹਰ ਜਨ ਕੈ ਪੀਸਣ ਬੀਸ ਕਮਾਵਾਂ ਨਾਨਕ ਕੀ ਪ੍ਰਭ ਪਾਸ ਬੇਨਤੀ ਤੇਰੇ ਜਨ ਦੇਖਣ ਪਾਵਾਂ ਜੇ ਕਿਤੇ ਉਹਨਾਂ ਦਾ ਦਰਸ਼ਨ ਵੀ ਮਿਲ ਜੇ ਨਾ ਹੇ ਸੱਚੇ ਬਾਦਸ਼ਾਹ ਜੀ ਇਹ ਮੇਰੀ ਬੇਨਤੀ ਹੈ ਕਿਤੇ ਇੱਕ ਇੱਕ ਝਲਕ ਮਿਲ ਜੇ ਉਹਨਾਂ ਦੀ ਇੱਕ ਝਲਕ ਦੇ ਨਾਲ ਇਹ ਕੰਮ ਹੋ ਜਾਂਦਾ ਦਰਸ਼ਨ ਦੇ ਮਾਤਰਾ ਦੇ ਨਾਲ ਇਹ ਕੰਮ ਹੋ ਜਾਂਦਾ ਦਰਸ਼ਨ ਬਹੁਤ ਵੱਡੀ ਚੀਜ਼ ਹੈ ਦਰਸ਼ਨ ਦਾ ਫਲਸਫਾ ਬਹੁਤ ਵੱਡਾ ਹੈ ਕਈ ਪ੍ਰੇਮੀ ਜੇ ਤੁਹਾਡੇ ਚ ਕੋਈ ਬੈਠਾ ਹੋਵੇ ਦਰਸ਼ਨ ਦੇ ਬਾਰੇ ਅਨੁਭਵ ਹੋਗਾ ਉਹਨੂੰ ਦਰਸ਼ਨ ਦੇਖਤ ਹੀ ਤਾਂ ਪੁੱਛੋ ਭਾਈ ਸਾਹਿਬ ਭਾਈ ਗੁਰਦਾਸ ਜੀ ਨੂੰ ਦਰਸ਼ਨ ਕਿੱਡਾ ਵੱਡਾ ਹੈ ਕਾਂਸੀ ਦੀ ਧਰਤੀ ਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਬਿਸਮਾਦ ਚ ਬੈਠੇ ਖੁਮਾਰੀਆਂ ਚੜੀਆਂ ਹੋਈਆਂ ਸੰਗੀਆਂ ਨੇ ਸੇਵਕਾਂ ਨੇ ਪੁੱਛਿਆ ਨਿਕਟ ਵਰਤਿਆਂ ਨੇ ਕਹਿੰਦੇ ਜੀ ਅੱਜ ਐਡਾ ਆਨੰਦ ਇਸ ਗੱਲ ਦੀ ਖੁਸ਼ੀ ਹੈ ਕਹਿਣ ਲੱਗੇ ਤੁਹਾਨੂੰ ਕੀ ਦੱਸਾਂ ਮੈਂ ਮੈਂ ਸੁਪਨੇ ਦੇ ਵਿੱਚੇ ਦਰਸ਼ਨ ਕੀਤੇ ਨੇ ਆਪਣੇ ਸਾਹਿਬ ਜੀ ਦੇ ਸੁਪਨ ਚਰਿਤਰ ਚਿੱਤਰ ਬਾਨਕ ਬਨੇ ਬਚਿੱਤਰ ਪਾਵਨ ਪਵਿੱਤਰ ਮਿੱਤਰ ਆਜ ਮੋਰੇ ਆਏ ਸੁਪਨੇ 'ਚ ਦਰਸ਼ਨ ਹੋਏ ਪ੍ਰਤੱਖ ਨਹੀਂ ਚਾਰ ਤਰ੍ਹਾਂ ਦੇ ਦਰਸ਼ਨ ਮੰਨੇ ਨੇ ਪਹਿਲੇ ਦਰਸ਼ਨੀ ਸੁਪਨ ਮੰਨੇ ਨੇ ਖਿਮਾ ਕਰਨਾ ਪਹਿਲੇ ਚਿੱਤਰ ਦਰਸ਼ਨ ਮੰਨੇ ਚਿੱਤਰਾਂ ਚ ਸਰੂਪ ਲੱਗੇ ਨੇ ਹੁਣ ਚਿੱਤਰ ਚ ਸਰੂਪ ਚ ਬੜਾ ਫਰਕ ਹੈ ਆਪਾਂ ਫੋਟੋ ਕਹਿੰਨਾ ਤੇ ਹੁਣ ਜਿਹਨਾਂ ਦੀ ਥੋੜੀ ਜੀ ਗੱਲ ਬਣ ਜਾਂਦੀ ਅੰਦਰੋਂ ਉਹ ਫਿਰ ਫੋਟੋ ਨਹੀਂ ਕਹਿੰਦੇ ਉਹ ਚਿੱਤਰ ਵੀ ਨਹੀਂ ਕਹਿੰਦੇ ਉਹ ਉਹਨਾਂ ਨੂੰ ਉਹਦੇ ਵਿੱਚੋਂ ਆਨੰਦ ਮਿਲਦਾ ਉਹ ਫਿਰ ਸਰੂਪ ਕਹਿੰਦੇ ਨੇ ਇਹ ਭੇਦ ਹੈ ਇਸ ਗੱਲ 'ਚ ਬਹੁਤ ਗੁਰਮਖ ਪਿਆਰੇ ਬੰਨੋ ਵੀ ਮਿਲਦੇ ਨੇ ਸਵਾਲ ਜਵਾਬ ਕਰਦੇ ਨੇ ਇਸ ਗੱਲ ਤੇ ਉੱਤੇ ਬੜੇ ਉਹਨਾਂ ਨੂੰ ਫੇਰ ਜਵਾਬ ਦੇਈ ਦੇ ਤਾਂ ਕਿਤੇ ਜਾ ਕੇ ਉਹਨਾਂ ਦੀ ਥੋੜੀ-ਬਹੁਤੀ ਤਸੱਲੀ ਹੁੰਦੀ ਪੂਰੀ ਤਾਂ ਕਰਦੀ ਹੁੰਦੀ ਨਹੀਂ ਉਹਨਾਂ ਦੀ ਤਸੱਲੀ ਸ਼ੰਕਾਵਾਦੀ ਕਹਦੇ ਸਾਧ ਸੰਗਤ ਜੀ ਸੰਤੁਸ਼ਟ ਨਹੀਂ ਹੁੰਦਾ ਹੁੰਦਾ ਸੰਤੁਸ਼ਟ ਹੋਦਾ ਹੀ ਹੁੰਦਾ ਬੰਦਾ ਜਦੋਂ ਉਹਨੂੰ ਆਨਪਭਵ ਹੋ ਜਾਂਦਾ ਜਦੋਂ ਆਪ ਆਨੰਦ ਲੈਂਦਾ ਤਾਂ ਹੁੰਦਾ ਉਹਦਾ ਨਹੀਂ ਹੁੰਦਾ ਉਹ ਚੁੱਪ ਕਰ ਜਾਂਦਾ ਹੁੰਦਾ ਉਹਨੂੰ ਫਿਰ ਜਵਾਬ ਕੋਈ ਆਉਂਦਾ ਨਹੀਂ ਹੁੰਦਾ ਪਰ ਉਹ ਸੰਤੁਸ਼ਟ ਨਹੀਂ ਹੁੰਦਾ ਤਾਂ ਮੈਂ ਬੇਨਤੀ ਕਰਦਾ ਏ ਥੋੜਾ ਥੋੜਾ ਮਹਾਪੁਰਖਾਂ ਦੀ ਸੰਗਤ ਦੇ ਵਿੱਚੋਂ ਇਹ ਅਨਭਵ ਵੀ ਲੈ ਲੈਣਾ ਚਾਹੀਦਾ ਪੁੱਛ ਹੀ ਲੈਣਾ ਚਾਹੀਦਾ ਬੇਨਤੀ ਕਰ ਲੈਣੀ ਚਾਹੀਦੀ ਹੈ ਬੜਾ ਫਰਕ ਹੈ ਚਿੱਤਰ ਦਰਸ਼ਨ ਫਿਰ ਸਰਵਣ ਦਰਸ਼ਨ ਜੋ ਬਚਨ ਸੁਣਨੇ ਉਦਾਂ ਦਾ ਹੀ ਅਨਭਵ ਕਰਨਾ ਇਹ ਸਾత్సੰਗ ਦੀ ਬਹੁਤ ਸਮਾਂ ਹੋਇਆ ਮਹਾਪੁਰਖਾਂ ਦੀ ਸੰਗਤ ਵਿੱਚ ਮੈਨੂੰ ਮਹਾਪੁਰਖਾਂ ਨੇ ਕਿਹਾ ਜਦੋਂ ਇਸ ਪਾਸੇ ਮੈਂ ਲੱਗਿਆ ਹੀ ਸ਼ੁਰੂਆਤ ਸੇ ਕਹਿੰਦੇ ਸੁਣਦਾ ਹੁਣਾਂ ਦੀਵਾਨ ਮੈਂ ਕਿਹਾ ਹਾਂਜੀ ਕਿੱਦਾਂ ਸੁਣਦਾ ਹੁਣਾਂ ਉਹ ਕੋਈ ਇਹਦਾ ਜਵਾਬ ਹੈ ਨਹੀਂ ਸੀ ਉਸ ਵੇਲੇ ਮੇਰੇ ਕੋਲ ਮੈਂ ਕਿਹਾ ਜੀ ਜਿੱਦਾਂ ਸਾਰੀ ਸੰਗਤ ਸੁਣਦੀ ਹੈ ਕਹਿੰਦੇ ਨਹੀਂ ਕਿੱਦਾਂ ਸੁਣਨਾ ਕਹਿੰਦੇ ਨੇਤਰ ਬੰਦ ਕਰਨੇ ਜੋ ਸੁਣ ਰਹੇ ਹੋ ਉਹਨੂੰ ਫਿਰ ਆਪਣੇ ਅੰਦਰੋਂ ਦੇਖਣ ਦਾ ਯਤਨ ਕਰਨਾ ਉਦਾਂ ਦਾ ਆਪਣੇ ਅੰਦਰ ਖਿਆਲ ਬਣਾਉਣੇ ਉਦਾਂ ਦੇ ਮੰਨ ਲਓ ਗੁਰੂ ਨਾਨਕ ਸਾਹਿਬ ਦੀ ਸਾਖੀ ਜਲਦੀ ਹੈ ਫਿਰ ਆਪਣੇ ਅੰਦਰ ਹੀ ਬਣਾ ਲਓ ਉਦਾਂ ਦੀ ਫਿਲਮ ਬਣਾ ਲਓ ਪਿਕਚਰ ਬਣਾ ਲਓ ਗੁਰੂ ਨਾਨਕ ਸਾਹਿਬ ਬੈਠੇ ਸੁਣਿਆ ਉਹਨਾਂ ਨੂੰ ਅੰਦਰ ਬੈਠੇ ਦੇਖੋ ਵੀ ਸੱਚੀ ਮੁੱੱਚੀ ਬੈਠੇ ਐਦਾਂ ਮੈਨੂੰ ਮਹਾਪੁਰ ਕਹਿਣ ਲੱਗੇ ਕਹਿੰਦੇ ਐ ਸੁਣਿਆ ਕਰ ਕਹਿੰਦੇ ਜੇ ਐਦਾਂ ਸੁਨੇਗਾ ਇਕਾਗਰਤਾ ਬਹੁਤ ਵਧ ਜੂਗੀ ਫੁਰਨੇ ਬੰਦ ਹੋ ਜਾਣਗੇ ਬਿਲਕੁਲ ਮਨ ਦਾ ਟਿਕਾਅ ਵਧ ਜਾਏਗਾ ਇਹ ਬਹੁਤ ਵੱਡਾ ਇੱਕ ਤਰੀਕਾ ਹੈ ਸੰਗਤ ਜੀ ਸੁਣਨਾ ਜਿਹੜਾ ਨਾ ਉਹਦੇ ਨਾਲ-ਨਾਲ ਸੁਣੋ ਨੇਤਰ ਬੰਦ ਹੋਣ ਅੰਦਰੋਂ ਦਰਸ਼ਨ ਕਰੋ ਅੱਖਾਂ ਨਾਲ ਦੇਖਣ ਦਾ ਯਤਨ ਕਰੋ ਜੇ ਐਦਾ ਇਹ ਮੇਰਾ ਆਪਣਾ ਪ੍ਰੈਕਟੀਕਲ ਹੈ ਐਦਾਂ ਤੁਸੀਂ ਫਿਰ ਚਾਹੇ 10 ਘੰਟੇ ਵੀ ਬੈਠੋ ਪਤਾ ਇਹ ਨਹੀਂ ਲੱਗਣਾ ਹੈ ਅਖਿਆਲ ਅੱਖਾਂ ਨਾਲੇ ਜਾਂਦਾ ਬਾਹਰ ਜਿਆਦਾ ਖੁੱਲੀ ਤਾਂ ਹੀ ਤਾਂ ਕਹਿੰਦੇ ਵੀ ਜਾਂ ਦਰਸ਼ਨ ਗੁਰੂ ਸਾਹਿਬ ਦੇ ਕਰੋ ਜਾਂ ਫਿਰ ਮਹਾਪੁਰਖਾਂ ਦੇ ਕਰੋ ਜੇ ਖਿਆਲ ਜਾਓ ਤਾਂ ਗੁਰੂ ਵੱਲ ਮਹਾਪੁਰਖਾਂ ਵੱਲੇ ਜਾਓ ਜੇ ਤੁਸੀਂ ਬਾਹਰ ਦੇਖੋਗੇ ਕਿਸੇ ਵੱਲ ਦੇਖੋਗੇ ਉਹ ਖਿਆਲ ਤੁਹਾਡਾ ਫਿਰ ਸੰਸਾਰ ਵੱਲ ਜਾਊਗਾ ਉਹ ਕਹੇ ਜੇ ਕੱਪੜੇ ਪਾਏ ਨੇ ਕਿਦਾਂ ਦਾ ਬੈਠਾ ਕਿਵੇਂ ਹੈ ਉਹੋ ਜੇ ਖਿਆਲ ਤੁਹਾਡੇ ਅੰਦਰ ਪ੍ਰਵੇਸ਼ ਕਰ ਜਾ ਰਹੇ ਨੇ ਉਹਨਾਂ ਨੇ ਖੰਡਾ ਕੇ ਰੱਖ ਦੇਣਾ ਬਿਲਕੁਲ ਇਹੀ ਖਿਆਲ ਤੁਹਾਡਾ ਜੇ ਮਹਾਪੁਰਖਾਂ ਵੱਲ ਗਿਆ ਤਪ ਕੀਓਗ ਮਹਾਪੁਰਖਾਂ ਦੇ ਸਰੂਪ ਚੋਂ ਤੁਹਾਨੂੰ ਕੀ ਲੱਭੇਗਾ ਬੰਦਗੀ ਲੱਭੇਗੀ ਸਿਮਰਨ ਲੱਭੇਗਾ ਖਿਆਲ ਜਾਏਗਾ ਗੁਰੂ ਗ੍ਰੰਥ ਸਾਹਿਬ ਜੀ ਵੱਲ ਕੀ ਲੱਭੇਗਾ ਬਾਣੀ ਲੱਭੇਗੀ ਅੰਦਰ ਖਿਆਲ ਕਿਹੜੇ ਆਉਣਗੇ ਬੰਦਗੀ ਦੇ ਹੀ ਆਉਣਗੇ ਇਹਨੂੰ ਦੇਖੋ ਅਜਮਾ ਕੇ ਦੇਖੋ ਇਹਦਾ ਕਰਕੇ ਦੇਖੋ ਏ ਮੈਂ ਤੁਹਾਨੂੰ ਕੋਈ ਉਪਦੇਸ਼ ਨਹੀਂ ਕਰਦਾ ਇਹ ਜਿਹੜੇ ਬਚਨ ਮਹਾਪੁਰਖਾਂ ਕੋਲੋਂ ਸੁਣਦੇ ਰਹੇ ਦੇਖਦੇ ਰਹੇ ਉਹ ਤੁਹਾਡੇ ਨਾਲ ਸਾਂਝੇ ਕਰ ਰਿਆ ਬਸ ਇਹ ਨਹੀਂ ਵੀ ਮੈਂ ਇਹ ਤੁਹਾਨੂੰ ਐਦਾਂ ਦੱਸ ਰਿਹਾ ਵੀ ਮੈਂ ਬਹੁਤ ਵੱਡਾ ਐ ਇਹ ਨਹੀਂ ਹੈ ਐਦਾਂ ਦੀ ਗੱਲ ਨਹੀਂ ਹੈ ਇਹਦਾ ਗੁਰੂ ਮਹਾਰਾਜ ਦੀ ਹਜ਼ੂਰੀ ਦਰਬਾਰ ਇੱਥੇ ਤਾਂ ਵੱਡੇ ਤੋਂ ਵੱਡੇ ਬੈਠੇ ਡਰ ਕੇ ਹੀ ਰਹਿਣਾ ਪੈਂਦਾ ਹੈ ਕੰਨਾਂ ਨੂੰ ਹੱਥ ਲਾਉਣੇ ਪੈਂਦੇ ਹਨ ਪਤਾ ਨਹੀਂ ਕਿਹੜਾ ਗੁਰਮਖ ਹੈ ਉਹਦੀ ਕਿੰਨੀ ਕੁ ਬੰਦਗੀ ਹੋਵੇ ਕੌਣ ਗੁਰਮਖ ਹੈ ਕਿੰਨਾ ਕੋ ਦਾ ਅਭਿਆਸ ਹੋਵੇ ਪਤਾ ਥੋੜੀ ਕੋਈ ਇੱਕ ਦੋ ਇੱਕ ਚੜੰਦੀਆਂ ਕੌਣ ਜਾਣੇ ਮੇਰਾ ਨਾਉ ਜੀ ਉਹ ਬਹੁਤ ਰੂਹਾਂ ਬੈਠੀਆਂ ਨੇ ਜੜਦਿਆਂ ਤੋਂ ਜੜਦਿਆਂ ਬੈਠੀਆਂ ਹਨ ਅਭਿਆਸ ਕਰਨ ਵਾਲੇ ਬੈਠੇ ਮੈਂ ਇੱਕ ਵਚਨ ਬਹੁਤ ਵਾਰੀ ਸਾਂਝਾ ਕਰਾਇਆ ਸੰਗਤ ਨਾਲ ਅੱਜ ਮੇਰੇ ਫੇਰ ਉਹ ਧਿਆਨ ਚ ਆ ਗਿਆ ਮੈਂ ਉਹ ਤੁਹਾਨੂੰ ਸਰਵਣ ਕਰਾਇਆ ਦੰਨਾ ਬਾਬਾ ਜੀ ਮਹਾਪੁਰਖ ਹੋਏ ਇੱਕ ਬਾਬਾ ਪ੍ਰੀਤਮ ਸਿੰਘ ਜੀ ਅੰਬੇ ਮੱਜਰੇ ਵਾਲੇ ਮਹਾਪੁਰਖ ਬੜੀ ਕਮਾਈ ਹੋਈ ਉਹਨਾਂ ਦੀ ਉਹਨਾਂ ਦੇ ਦਰਸ਼ਨ ਕਰਨ ਦਾ ਬਹੁਤ ਵਾਰੀ ਸੁਭਾਗ ਮਿਲਿਆ ਉਹਨਾਂ ਕੋਲ ਬੜੇ-ਬੜੇ ਜਗਿਆਸੂ ਗਏ ਉਹ ਇੱਕ ਚੌਂਕੜੇ ਖੰਨਪਾਟ ਸਾਹਿਬ ਸਰਵਣ ਕਰਦੇ ਜਦੋਂ ਵੀ ਖੰਨਪਾਟ ਸਾਹਿਬ ਹੋਣਾ ਇੱਕ ਚੌਂਕੜੇ ਚ ਉਹਨਾਂ ਨੇ ਸਾਰੇ ਪਾਠ ਸਰਵਣ ਕਰਨਾ ਸੰਗਤ ਜੀ ਐਡਾ ਅਭਿਆਸ ਉਹਨਾਂ ਦਾ ਇੱਕ ਮੇਰੇ ਜਾਣਕਾਰੀ ਚ ਨੇ ਉਹ ਗਿਆਨੀ ਜੀ ਮੈਂ ਨਾਂਉ ਨਹੀਂ ਲੈਣਾ ਉਹਨਾਂ ਦਾ ਉਹ ਚਲੇ ਗਏ ਉਹਨਾਂ ਸੰਤਾਂ ਕੋਲ ਬਹੁਤ ਪੁਰਾਣੀ ਗੱਲ ਹੈ ਕਹਿੰਦੇ ਬਾਬਾ ਜੀ ਕੋਲ ਚੱਲੀਏ ਸੰਤਾਂ ਕੋਲ ਚੱਲੀਏ ਚਲੇ ਗਏ ਜਾ ਕੇ ਫਤਿਹ ਬੁਲਾਈ ਨਮਸਕਾਰ ਕੀਤੀ ਦਿਲ ਬਾਣੀ ਸਕਿਆ ਉਹਨਾਂ ਨੇ ਪੁੱਛਿਆ ਕਹਿੰਦੇ ਜੀ ਮੈਂ ਰਹਿਣ ਆਇਆ ਤੁਹਾਡੇ ਕੋਲ ਕਹਿੰਦੇ ਰਹਿ ਜਾਓਗੇ ਨਹੀਂ ਜੀ ਜਦੋਂ ਰਾਤ ਨੂੰ ਲੱਗੇ ਆਰਾਮ ਕਰਨ ਕਹਿੰਦੇ ਕਿੰਨੇ ਵਜੇ ਉੱਠਦੇ ਹੋਨੇ ਹੋ ਉਹ ਗਿਆਨੀ ਜੀ ਕਹਿੰਦੇ ਮੇਰਾ ਜੀ ਨੇਮ ਹੈ ਰੋਜ ਦਾ ਵੀ ਬਹਿ ਚਾਰ ਵਜੇ ਚੌਂਕੜਾ ਲਾ ਲੈਂਦਾ ਬਸ ਆਪਣਾ ਮਹਾਪੁਰ ਕਹਿਣ ਲੱਗੇ ਵੇ ਗਿਆਨੀ ਜੀ ਸਾਨੂੰ ਵੀ ਜਗਾ ਦਿਓ ਜਦ ਉੱਠੋਂਗੇ ਇਹ ਮੈਨੂੰ ਬਚਨ ਉਹਨਾਂ ਨੇ ਆਪ ਸੁਣਾਇਆ ਗਿਆਨੀ ਜੀ ਨੇ ਕਹਿੰਦੇ ਮੈਂ ਜਦ ਉੱਠਿਆ ਸੰਤਾਂ ਕੋਲ ਗਿਆ ਜਾ ਕੇ ਦੇਖਿਆ ਪਹਿਲੇ ਚੌਂਕੜਾ ਲਾ ਕੇ ਬੈਠੇ ਅਮਰਤ ਵੇਲੇ ਕਹਿੰਦੇ ਮੈਂ ਦੂਜੇ ਦਿਨ 3 ਵਜੇ ਪਹੁੰਚ ਗਿਆ ਉਹਨਾਂ ਕੋਲ ਕਹਿੰਨੇ ਦੂਜੇ ਦਿਨ ਗਿਆ ਉਹ ਦੇਖਿਆ ਫੇਰ ਚੌਂਕੜਾ ਲਾ ਕੇ ਬੈਠੇ ਤੇਰੇ ਮੈਂ ਤੀਜੇ ਦਿਨ 2 ਵਜੇ ਚਲੇ ਗਿਆ ਵੀ 2 ਵਜੇ ਸੰਤਾਂ ਨੂੰ ਜਗਾਉਣਾ ਹੈ ਅੱਜ ਪਿਆਂ ਨੂੰ ਕਹਿੰਦੇ ਜਦ ਮੈਂ 2 ਵਜੇ ਗਿਆ ਉਹ ਤਾਂ ਵੀ ਚੌਂਕੜਾ ਲਾ ਕੇ ਬੈਠੇ ਕਹਿੰਦੇ ਫਿਰ ਮੈਂ ਸੋਚਿਆ ਵੀ 1 ਵਜੇ ਉੱਠੇ ਹੋਣਗੇ ਕਹਿੰਦੇ ਫਿਰ ਮੈਂ ਅਗਲੇ ਦਿਨ ਗਿਆ ਮੈਂ 1 ਵਜੇ ਜਾ ਕੇ ਦੇਖਿਆ ਤਾਂ ਤਾਂ ਵੀ ਚੌਂਕੜਾ ਲਾ ਕੇ ਬੈਠੇ ਕਹਿੰਦੇ ਫਿਰ ਤਾਂ ਮੈਂ ਹੈਰਾਨ ਹੀ ਹੋ ਗਿਆ ਮੈਂ ਕਿਹਾ ਕਿਉਂ ਕਹਿੰਦੇ ਮੈਂ ਹੈਰਾਨ ਇਸ ਕਰਕੇ ਹੋਆ ਵੀ 12 ਵਜੇ ਦਾ ਮੈਂ ਹੀ ਗਿਆ ਸੰਤਾਂ ਕੋਲੋ ਵੀ ਰੋਜ਼ ਇਹ 12 ਵਜੇ ਤੱਕ ਤਾਂ ਵੈਸੇ ਅਭਿਆਸ ਕਰਦੇ ਨੇ ਓ ਹੋ 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 ਜਗ ਹੈ ਸੰਤ ਜਨਾ ਮੇਰੇ ਰਾਮ ਪਿਆਰੇ ਆ ਇਦਾਂ ਜਾਗਦੇ ਐ ਸਰੀਰ ਕਰਕੇ ਵੀ ਜਾਗਦੇ ਹੈ ਸੁਰਤ ਕਰਕੇ ਵੀ ਜਾਗਦੇ ਹਨ ਸੁਰਤ ਕਰਕੇ ਤਾਂ ਜਾਗਦੇ ਹੀ ਐ ਜਿਹੜਾ ਇਦਾਂ ਦਾ ਬੰਦਗੀ ਵਾਲਾ ਪੁਰਖ ਆ ਉਹ ਸਰੀਰ ਕਰਕੇ ਵੀ ਜਾਗਦਾ ਰਹਿੰਦਾ ਹੈ ਸਾਧ ਸੰਗਤ ਜੀ ਇਹ ਹੁਣ ਆਪਾਂ ਨੂੰ ਔਖਾ ਲੱਗੂਗਾ ਹੁਣ ਇਹ ਤਾਂ ਮੇਰੇ ਵਰਗਾ ਨਾ ਜਿਹਨੇ ਹੁਣ ਆਪਾਂ ਨੂੰ ਲੋੜ ਪੈਂਦੀ ਏ ਪੈਣ ਦੀ ਸੌਣ ਦੀ ਪਰ ਜਿਹੜਾ ਮਹਾਪੁਰਖ ਹੈ ਹਾਂ ਜੈ ਜੈ